ਕੀ ਹਾਲ ਚਾਲ ਮਿੱਤਰੋ ਤੁਹਾਡੇ ਸਾਰਿਆਂ ਦਾ। ਅਤੇ ਅੱਜ ਆਏ ਹਾਂ ਅਸੀਂ ਪੱਕਾ ਟ੍ਰੇਡਰਸ ਦੇ, ਜਿਹੜੇ ਕਿ ਪਤੰਗਾਂ ਦੀ ਸ਼ੌਪ ਹੈ, ਤੁਹਾਨੂੰ ਪਤਾ ਹੀ ਹੈ ਬਠਿੰਡੇ 'ਚ ਬਹੁਤ ਮਸ਼ਹੂਰ ਨੇ ਆਹ ਅੰਕਲ। ਅਤੇ ਆਹ ਅੰਕਲ ਹੈ, ਕੀ ਨਾਮ ਹੈ ਜੀ? ਰਾਕੇਸ਼ ਕੁਮਾਰ। ਅਤੇ ਆਪਣਾ ਜਿਹੜਾ ਪਤੰਗਾਂ ਦਾ ਕੰਮ ਹੈ ਜੀ, ਦੁਕਾਨ ਦਾ ਕੀ ਨਾਮ ਹੈ ਜੀ? ਪੱਕਾ ਟ੍ਰੇਡਰ ਵੀ ਹੈ, ਨੈਸ਼ਨਲ ਟ੍ਰੇਡਿੰਗ ਵੀ ਹੈ। ਨੈਸ਼ਨਲ ਟ੍ਰੇਡਿੰਗ ਬਾਹਰੋਂ ਸਾਡੀ ਥੋੜ੍ਹੀ ਰੂਪ ਰੇਖਾ ਚੇਂਜ ਹੋ ਗਈ ਹੈ, ਕਸਟਮਰ ਕਹਿ ਰਹੇ ਆ ਕਿ ਤੁਹਾਡੀ ਦੁਕਾਨ ਨਹੀਂ ਮਿਲ ਰਹੀ ਬਾਹਰ। ਵੈਸੇ ਬੋਰਡ ਵੀ ਲੱਗਿਆ ਹੋਇਆ, ਤੰਗ ਵੀ ਬੰਨੇ ਹੋਏ ਆ। ਬਹੁਤ ਸਾਰੇ ਪਤੰਗ ਅੰਕਲ ਕੋਲ ਆਏ ਹੋਏ ਨੇ, ਬਹੁਤ ਡਿਜ਼ਾਈਨ ਵੀ ਆਏ। ਇਹ ਅੰਕਲ ਦਾ ਕੈਬਿਨ ਹੈਗਾ ਸਾਰਾ, ਤੇ ਹੁਣ ਆਪਾਂ ਚੱਲਦੇ ਹਾਂ ਉੱਪਰ। ਆਫਿਸ ਨਵਾਂ ਹੀ ਬਣਾਇਆ ਅੰਕਲ ਨੇ ਹੁਣੇ, ਤੇ ਉੱਤੇ ਚੱਲ ਕੇ ਤੁਹਾਨੂੰ ਪਤੰਗ ਦਿਖਾਉਣੇ ਜੀ ਗੋਦਾਮ ਚ ਜੀ। ਹਾਂ, ਉੱਪਰ ਆ ਗਏ। ਕਿਹੜੇ ਪਤੰਗ ਹੈਗੇ ਨੇ, ਕੀ ਪ੍ਰਾਈਜ਼ ਦੇ ਨੇ ਤੇ ਕੀ ਸੈਂਕੜਾ ਪਊਗਾ? 140 ਰੁਪਏ ਸੈਂਕੜਾ। ਆਹ ਦੇਖੋ ਜੀ, 140 ਰੁਪਏ ਸੈਂਕੜਾ ਜੀ। ਬਹੁਤ ਡਿਜ਼ਾਈਨ ਪਏ ਨੇ, ਤੁਸੀਂ ਇੱਥੇ ਵਿਜ਼ਿਟ ਕਰੋ ਇੱਕ ਵਾਰੀ। 180 ਰੁਪਏ ਸੈਂਕੜਾ। ਆਹ ਦੇਖੋ ਜੀ, ਕਿੰਨਾ ਵਧੀਆ ਝੱਬੂ ਵਾਂਗੂ ਹੈਗਾ ਜੀ ਥੱਲੋਂ। ਕਿੰਨੇ ਰੁਪਏ ਸੈਂਕੜਾ ਜੀ? 180। 180 ਰੁਪਏ ਸੈਂਕੜਾ ਜੀ ਇਹ। 180 ਰੁਪਏ ਸੈਂਕੜਾ। ਆਹ ਵੀ ਦੇਖੋ ਜੀ, ਸਾਈਜ਼ ਵੱਡਾ ਹੈ ਇਹ ਵੀ, 180 ਰੁਪਏ ਸੈਂਕੜਾ ਜੀ। 290 ਰੁਪਏ ਸੈਂਕੜਾ। ਜਿਵੇਂ ਤੁਸੀਂ ਦੇਖ ਸਕਦੇ ਹੋ, ਆਹ ਦੇਖੋ ਜੀ ਪ੍ਰਿੰਟ ਕਿੰਨਾ ਸੋਹਣਾ ਕਾਰਟੂਨ ਵਾਲਾ ਜੀ। 290 ਰੁਪਏ ਸੈਂਕੜਾ ਪਊਗਾ ਜੀ। ਤੇ ਜੇ ਕੋਈ ਸਿੰਗਲ ਪੀਸ ਜਿਵੇਂ ਥੋੜੇ ਪੀਸ ਲੈਣਾ ਜੀ? ਉਹ ਫਿਰ ਥੋੜੇ ਪੀਸ ਲੈਣਾ, ਉਸ ਹਿਸਾਬ ਨਾਲ ਦੇਖ ਕੇ ਲਾ ਲਾਂਗੇ, ਕੋਈ ਐਂ ਨਹੀਂ ਹੈ ਕੋਈ ਰੇਟ ਬਾਹਲਾ ਵੱਧ ਲਾਵਾਂਗੇ। ਅੱਛਾ, ਆਹ ਦੇਖੋ ਜੀ ਮੂਸੇ ਵਾਲੀ ਪਰੀ, 320 ਰੁਪਏ ਸੈਂਕੜਾ। 320 ਰੁਪਏ ਦਾ ਸੈਂਕੜਾ ਜੀ ਇਹ ਜੀ। ਇਹਦੇ 'ਚ ਕਬੱਡੀ ਹੈ, 430 ਰੁਪਏ ਸੈਂਕੜਾ। ਆਹ ਦੇਖੋ ਜੀ ਵੱਡੀ, 430 ਰੁਪਏ ਸੈਂਕੜਾ ਜੀ। ਜੇ ਤੁਸੀਂ ਸਿੰਗਲ ਪੀਸ ਲੈਣ ਆਉਂਗੇ ਅੰਕਲ, ਉਸ ਹਿਸਾਬ ਨਾਲ ਵੀ ਲਾ ਦੇਣਗੇ ਜੀ। ਜਮਾ ਛੋਟੇ ਬੱਚਾ ਵਾਸਤੇ, ਜਮਾ ਛੋਟਾ ਬੁੱਢਾ ਵੀ ਹੈ। ਆਹ ਦੇਖੋ ਜੀ ਤੁਸੀਂ, ਕਿੱਡਾ ਸੋਹਣਾ ਪੀਸ ਹੈ ਜੀ, ਛੋਟਾ ਪੀਸ ਹੈ ਨਾਲੇ। ਇਹ ਕੀ ਰੁਪਏ ਸੈਂਕੜਾ ਜੀ? 130 ਰੁਪਏ ਸੈਂਕੜਾ। 130 ਰੁਪਏ ਸੈਂਕੜਾ ਜੀ। ਚੀਜ਼ ਦੇਖੋ ਜੀ ਕਿੰਨੀ ਵਧੀਆ ਜੀ, ਕੋਈ ਐਂ ਨਹੀਂ ਹੈਗਾ ਪੁਰਾਣਾ ਮਾਲ ਆ, ਸਾਰਾ ਫਰੈਸ਼ ਮਾਲ ਅੰਕਲ ਕੋਲ ਵੀ। ਸਾਰੀ ਦੁਕਾਨ ਭਰੀ ਹੋਈ ਹੈ ਪਤੰਗਾਂ ਨਾਲ। ਹਜੇ ਹੋਰ ਵੀ ਸਟਾਕ ਆਉਣਾ ਨਾ? ਹਾਂ ਹਾਂ, ਸਟਾਕ ਚੱਲੀ ਜਾਂਦਾ, ਰੋਜ਼ ਆ ਜਾਂਦਾ, ਰੋਜ਼ ਚਲਾ ਜਾਂਦਾ, ਰੋਜ਼ ਸਟਾਕ ਆਉਂਦਾ ਜੀ। ਆਹ 20 ਰੁਪਏ, 270 ਰੁਪਏ, 270 ਰੁਪਏ ਸੈਂਕੜਾ। ਫਿਨਿਸ਼ਿੰਗ ਦੇਖੋ ਜੀ ਕਿੰਨੀ ਆ ਇਹ 'ਚ ਜੀ, ਤੇ ਕਲਰ ਵੀ, ਕਲਰ ਮਿਲ ਜਾਣਗੇ? ਕਲਰ ਸਾਰੇ ਮਿਲ ਜਾਣਗੇ, ਸਾਰੇ ਕਲਰ ਮਿਲ ਜਾਣਗੇ, ਕਲਰ ਸਾਰੇ ਮਿਲ ਜਾਣਗੇ ਜੀ। ਆਹ ਦੇਖੋ ਜੀ, ਆਹ ਵੀ ਵੱਡੇ ਪਤੰਗ ਵੀ ਪਏ ਇੱਧਰ। ਆ ਦੇਖੋ ਜੀ ਕਿੱਡਾ ਸੋਹਣਾ ਪੀਸ ਹੈ ਜੀ, ਇਹਨਾਂ 'ਚ ਵੀ ਕਿੰਨੇ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ? ਬਹੁਤ ਡਿਜ਼ਾਈਨ ਮਿਲ ਜਾਣਗੇ, ਸਾਰੇ ਡਿਜ਼ਾਈਨ ਲੱਗੇ ਹੋਏ ਆ। ਆ ਦੇਖੋ, ਕੋਈ ਆ ਕੇ ਦੇਖੋ, ਆਹ ਲੜੀ ਸਾਰੀ ਦੇਖੋ ਜੀ ਡਿਜ਼ਾਈਨਾਂ ਨਾਲ ਭਰੀ ਹੋਈ ਹੈ। ਜਿੰਨੇ ਵੀ ਤੁਹਾਨੂੰ ਪਤੰਗ ਜਿਹੜੇ ਵੀ ਡਿਜ਼ਾਈਨ ਦੇ ਚਾਹੀਦੇ ਆ, ਉਦਾਂ ਦਾ ਤੁਹਾਨੂੰ ਡਿਜ਼ਾਈਨ ਮਿਲ ਜੂਗਾ। ਇਹ ਵੀ ਸੇਮ ਪ੍ਰਾਈਜ਼ ਹੀ ਹੈ ਜੀ? ਸੇਮ ਪ੍ਰਾਈਜ਼ ਹੈ,
ਕਿਸ਼ ਤੁੱਕਲ ਵੀ ਹੈ, ਉਹ ਵੀ ਸੇਮ ਪ੍ਰਾਈਸ। ਚਾਹੇ ਤੁੱਕਲ ਲੈ ਲਓ ਚਾਹੇ ਪਤੰਗ ਲੈ ਲਓ, ਉਹੀ ਰੇਟ ਲੱਗਣਾ। ਠੀਕ ਹੈ ਜੀ, ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਵਧੀਆ ਡਿਜ਼ਾਈਨ ਪਏ ਨੇ, ਜਿਵੇਂ ਆਹ ਕੀ ਪ੍ਰਾਈਸ ਦੇ ਹਾਲੇ? ਇਹ ਮਟਕਾ ਹੈ, ਇਹ 450 ਰੁਪਏ ਸੈਕੜਾ। ਦੇਖੋ ਜੀ ਕਿੱਡਾ ਸੋਹਣਾ ਹੈ, ਗੋਲਡਨ ਟੇਪ ਵਗੈਰਾ ਸਾਰਾ ਕੁਛ ਲੱਗਿਆ ਹੋਇਆ। 450 ਰੁਪਏ ਸੈਕੜਾ, 450 ਰੁਪਏ ਸੈਕੜਾ ਜੀ। ਇਹ ਚਾਰ ਚੱਬੂ ਹੈ, ਇਹ ਕੀ ਰੁਪਏ ਸੈਕੜਾ ਪੈਂਦਾ? 450 ਰੁਪਏ ਸੈਕੜਾ। ਅੱਛਾ, ਤੇ ਜਿਹੜਾ ਆਪਣੀ ਵੀਡੀਓ ਨੂੰ ਦੇਖ ਕੇ ਆਊਗਾ ਉਹਨੂੰ ਜੀ? ਉਹਨੂੰ ਕੋਈ ਨਾ ਐਕਸਟਰਾ ਕਰ ਰਿਹਾ, ਉਸ 'ਚ ਇੱਕ ਪ੍ਰੋਬਲਮ ਹੋ ਰਿਹਾ, ਅਗਲਾ ਥੋੜੇ ਪਤੰਗ ਲੈਂਦਾ, ਫਿਰ ਅਗਲਾ ਕੁਛ ਨਾ ਕੁਛ ਦਿਓ, ਉਧਰੋਂ ਵੀ ਰਿਆਤ ਪਾ ਲੈ, ਉਧਰੋਂ ਵੀ ਰਿਆਤ ਪਾ ਲੈ। ਠੀਕ ਹੈ ਨਾ, ਜਿਹਨੇ ਉਹਨੂੰ ਹੋਲਸੇਲ ਦਾ ਰੇਟ ਲੈ ਲਿਆ, ਉਸ ਨੂੰ ਅਸੀਂ ਕੀ ਦੇਵਾਂਗੇ? ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕੁਛ ਨਾ ਕੁਛ ਅਗਲਾ। ਨਹੀਂ, ਜਿਹਨੇ ਸੈਂਕੜਾ ਲੈਣਾ ਹੋਵੇ ਉਹਨੂੰ ਤੁਸੀਂ ਕੀ ਵਧੀਆ ਕੋਈ ਗਿਫਟ ਗੁਫਟ ਦਓਗੇ? ਉਹਨੂੰ ਤੰਗ ਦੇ ਦਾਂਗੇ, ਕੋਈ ਵੱਡਾ ਦੇ ਦਾਂਗੇ, ਕੋਈ ਦਿੱਕਤ ਨਹੀਂ। ਪਰ ਉਹ ਐਂ ਨਾ ਹੋਵੇ ਨਾ ਅਗਲਾ ਤੰਗ ਲਵੇ ਅਤੇ ਉਹ ਇੱਕ ਸੈਂਕੜਾ ਲਵੇ ਅਤੇ ਉਹਦੇ ਨਾਲ ਤੰਗ ਮੰਗੇ, ਅਤੇ ਅਗਲੇ ਪੰਜ ਚਾਰ ਸੈਂਕੜੇ ਲਏ, ਫਿਰ ਤਾਂ ਇਹ ਦਿੱਤਾ ਵੀ ਜਾਂਦਾ ਵੀ ਚੱਲ ਕੋਈ ਗੱਲ ਨਹੀਂ। ਠੀਕ ਹੈ ਨਾ, ਜੇ ਤੁਸੀਂ ਵੱਧ ਪਤੰਗ ਵੀ ਲਾਓਗੇ ਨਾ ਬਾਈ, ਤਾਂ ਵੀ ਅੰਕਲ ਹੋਰੇ ਗਿਫਟ ਦੇਣਗੇ ਤੁਹਾਨੂੰ। ਅਤੇ ਬਾਕੀ ਹੋਰ ਪਤੰਗ ਵੀ ਆਹ ਇੰਨੇ ਸਾਰੇ ਪਤੰਗ ਪਏ ਆ ਜੀ, ਆਹ ਦੇਖੋ ਜੀ ਕਿੰਨੀਆਂ ਲੜੀਆਂ ਲੱਗੀਆਂ ਪਈਆਂ ਜੀ। ਆਹ 450 ਰੁਪਏ ਸੈਂਕੜਾ, 450 ਰੁਪਏ ਸੈਂਕੜਾ ਜੀ। ਕਲਿਪਿੰਗ ਦੇ ਵਿੱਚ ਵੀ ਹੋ ਜਾਂਦਾ, ਪਹਿਲਾਂ ਵੀਡੀਓ ਘੱਟ ਦੱਸਿਆ ਜੀ 10 ਰੁਪਏ, ਹੁਣ 10 ਰੁਪਏ ਵੱਧ ਗਿਆ ਜਾਂ 30 ਰੁਪਏ ਵੱਧ ਗਿਆ, ਉਹ ਜਿਵੇਂ ਜਿਵੇਂ ਰੇਟ ਵਧੀ ਜਾਂਦੇ ਉਵੇਂ ਉਵੇਂ ਰੇਟ ਮਤਲਬ ਕਿੰਨੇ ਰੁਪਏ ਮਿਲਦਾ ਜੀ? ਸਾਈਜ਼ ਦੇਖੋ ਜੀ ਕਿੱਡਾ ਵੱਡਾ ਜੀ, ਇਹ ਮਾਰਕੀਟ ਦੇ ਵਿੱਚ ਵਿਕਦਾ 12 ਜਾਂ 13 ਰੁਪਏ ਦਾ। ਜਿਹਨੂੰ ਕੱਲੇ ਕਾਲੇ ਪਤੰਗ ਉਡਾਣੇ ਹੋਣ ਉਹ ਵੀ ਉਡਾ ਸਕਦਾ, ਤੇ ਆਹ ਥੱਲੇ ਵੀ ਬਹੁਤ ਪਏ ਆ ਜੀ, ਇਹ ਵੀ ਵੱਡਾ ਡਿਜ਼ਾਈਨ ਬੜੇ ਸੋਹਣੇ। ਇਹ ਕੀ ਰੇਟ ਦਾ ਜੀ? ਇਹ 700 ਰੁਪਏ ਸੈਂਕੜਾ, 10 ਰੁਪਏ ਦਾ। 10 ਰੁਪਏ ਸਿੰਗਲ ਪੀਸ, 700 ਰੁਪਏ ਸੈਂਕੜਾ ਜੀ। ਆਹ ਹੋਰ ਵੀ ਬਥੇਰੇ ਪਏ ਆ ਜੀ, ਆਹ ਦੇਖੋ ਜੀ ਜਿਵੇਂ ਵਾਈਟ ਪਤੰਗ, ਬਲੈਕ ਪਤੰਗ। ਹਾਂਜੀ ਹਾਂਜੀ, ਬੋਲੋ ਬੋਲੋ। ਆਹ ਜਿਵੇਂ ਝੱਬੂ ਹੋਏ ਵੀ ਪਏ ਆ, ਚੈਸ ਵਾਲਾ ਰੁਪਏ ਸਿੰਗਲ ਪੀਸ ਆ, 1500 ਰੁਪਏ ਸੈਂਕੜਾ ਜੀ। ਇਹ ਕੀ ਪ੍ਰਾਈਸ ਆ ਜੀ? 55 ਰੁਪਏ ਦਾ। 55 ਰੁਪਏ ਜੇ ਕੋਈ 10 ਪੀਸ ਲਵੇ? 10 ਪੀਸ ਲਵੇ 60 ਰੁਪਏ ਦਾ। ਅੱਛਾ,
ਬਾਕੀ ਇਸ 'ਚ ਹੋਰ ਵਰਾਇਟੀ ਵੀ ਆਉਣੀ ਹੈ, ਉਹ ਫਿਰ ਥੋੜ੍ਹਾ ਇੱਕ ਦੋ ਦਿਨ ਲੱਗਣਗੇ, ਤਿਆਰ ਹੋ ਜਾਂਦੀ ਹੈ, ਖਤਮ ਹੋ ਗਿਆ ਐਕਚੁਅਲੀ ਮਾਲ ਨਾ ਇਹ, ਸਟਾਕ ਹੋਰ ਵੀ ਆਉਣਾ ਜੀ। ਕਿਸ 'ਚ ਆ ਹੋਇਆ? ਆਹ ਦੇਖੋ ਜੀ, 700 ਰੁਪਏ ਸਾਈਜ਼, ਇੱਕ ਸ਼ੌਂਕ ਕਬੂਤਰ ਬਾਜੀ ਦਾ, ਅੱਜਕੱਲ੍ਹ ਬਹੁਤ ਸੋਹਣੇ ਸੋਹਣੇ ਪਏ, ਐਕਚੁਅਲੀ ਹੋਇਆ ਕੈਨੇਡਾ ਹੋ ਗਿਆ, ਵੈਲੈਂਟਾਈਨ ਡੇ ਆ ਰਸਤੇ ਵੀ ਹੈਗਾ ਪਰ। ਬਸੰਤ ਹੈ ਜੀ, ਵੈਲੈਂਟਾਈਨ ਡੇ ਜੀ, ਆ ਵੀ ਪਿਆ ਜੀ। ਬਾਕੀ ਹੋਰ ਬਹੁਤ ਪੁਰਾਣੇ ਇਹ ਕਿੰਨੇ ਰੁਪਏ ਸੈਂਕੜਾ ਜੀ? ਇਹ 560 ਰੁਪਏ ਸੈਂਕੜਾ, 560 ਰੁਪਏ ਸੈਂਕੜਾ। ਤੇ ਸਿੰਗਲ ਪੀਸ ਕਿੰਨੇ ਦਾ ਵੇਚਦਾ ਜੀ? 370 ਰੁਪਏ, 70 ਰੁਪਏ ਦਾ। ਆ 1.5 ਤਾਵਾ ਹੈ, ਆ ਦੇਖੋ ਜੀ ਡੱਬੇ ਵਾਲਾ ਕਿੱਡਾ ਸੋਹਣਾ ਤੰਗ ਹੈ ਜੀ। ਇਹ ਕਿੰਨੇ ਰੁਪਏ ਸੈਂਕੜਾ ਜੀ? ਇਹ ਵੈਸੇ ਤਾਂ ਜੇ ਸੈਂਕੜਾ ਲੈਣਾ ਤਾਂ 2500 ਰੁਪਏ ਦਾ, 35 ਰੁਪਏ ਦਾ, 50 ਰੁਪਏ ਦਾ ਵੇਚਦਾ। ਅੱਛਾ ਜੀ, ਇਹ ਬਾਜ਼ਾਰ 'ਚ ਮਾਰਕੀਟ 'ਚ 50 ਰੁਪਏ ਦਾ ਵੇਚਦਾ? ਹਾਂ। ਅਤੇ ਤੁਸੀਂ 35 ਰੁਪਏ ਦਾ ਦਿਓਗੇ? ਹਾਂ। ਦੇਖ ਲਓ ਜੀ ਕਿੰਨਾ ਮਾਰਕੀਟ ਦੇ ਨਾਲੋਂ ਕਿੰਨਾ ਮਤਲਬ ਫਰਕ ਹੈਗਾ, ਪ੍ਰਾਈਸ ਦਾ ਵੀ ਬਹੁਤ ਫਰਕ ਹੈ। ਆ ਗਈਆਂ ਜੀ ਟੁੱਕਲਾਂ, ਦੇਖੋ ਜੀ ਡਿਜ਼ਾਇਨ, ਦੇਖੋ ਜੀ ਇਹਨਾਂ ਦੀ ਵੀ ਡਿਜ਼ਾਇਨ ਮਿਲ ਜਾਏਗਾ, ਸਾਰੇ ਡਿਜ਼ਾਇਨ ਮਿਲ ਜਾਣਗੇ। ਅੱਛਾ ਜੀ, ਇਹ ਕੀ ਪ੍ਰਾਈਸ? ਇਹ 800 ਰੁਪਏ ਸੈਂਕੜਾ ਹੈ। ਹਾਂਜੀ, ਅਤੇ ਖੁੱਲ੍ਹੇ ਉਹ ਲੈਣਾ ਤਾਂ 10 ਰੁਪਏ ਦਾ, ਖੁੱਲ੍ਹਾ 10 ਰੁਪਏ ਦਾ ਪੀਸ ਹੈ ਜੀ, ਜੇ ਸੈਂਕੜਾ ਲਉਂਗੇ ਤਾਂ 800 ਰੁਪਏ ਦਾ। ਚਰਖੜਾ ਹਰੇਕ ਮਿਲੂਗਾ ਇੱਥੇ, ਤੇ ਆਪਾਂ ਮਾੜੇ ਦਿਖਾਵਾਂਗੇ ਚਰਖੜੇ। ਥੋੜਾ ਮੈਂ ਬਿਜ਼ੀ ਹਾਂ ਸਟੂਲ, ਤਾਂ ਕਰਕੇ ਥੋੜਾ ਮੈਂ ਰੇਟ ਨਹੀਂ ਦੱਸ ਪਾਉਂਗਾ, ਅਗਲੀ ਵੀਡੀਓ ਚ ਬਣਾਵਾਂਗੇ ਆਪਾਂ, ਕੋਈ ਨਾ ਜੀ। ਠੀਕ ਹੈ, ਤੇ ਸਾਰੇ ਵਰਾਇਟੀ ਇਧਰ ਲੱਗੀ ਹੋਈ ਹੈ, ਨੀਚੇ ਲੱਗੀ ਹੋਈ ਹੈ। ਅੱਛਾ ਜੀ, ਠੀਕ ਹੈ ਨਾ। ਬਾਕੀ ਕੋਈ ਗੱਲ ਨਹੀਂ, ਜਿਹੜਾ ਬੰਦਾ ਸਬਸਕ੍ਰਾਈਬ ਲਾਈਕ ਕਰਕੇ ਆਊਗਾ ਉਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਜ਼ਰੂਰ ਦਈਏ ਆਪਦੇ ਵੱਲੋਂ। ਤੁਸੀਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਕੇ ਨਾ ਅੰਕਲ ਜੀ, ਤੁਹਾਨੂੰ ਆਪੇ ਰਾਇਤ ਕਰ ਦੇਣਗੇ ਜਿਹੜੀ ਹੋਊਗੀ, ਤੇ ਵਧੀਆ ਪ੍ਰਾਈਜ਼ ਤੇ ਆ, ਘੱਟ ਪ੍ਰਾਈਜ਼ ਤੇ ਤੁਸੀਂ ਜਰੂਰ ਵਿਜ਼ਿਟ ਕਰੋ ਪੱਕਾ ਟ੍ਰੇਡਰਸ ਦੇ। ਤੇ ਆਹ ਦੇਖੋ ਜੀ 16 ਤਾਰੇ 12 ਤਾਰੇ ਹਰੇਕ ਡੋਰ ਪਈ ਹੈ, ਬਰੇਲੀ ਵੀ ਪਈ ਹੈ, ਸਾਰੇ ਬਰੇਲੀ ਦੀ ਹੈ, 12 ਤਾਰੇ 16 ਤਾਰੇ 9 ਤਾਰੇ ਸਾਰੇ ਤਰ੍ਹਾਂ ਦੀ ਤਾਰ ਮਿਲ ਜਾਏਗੀ, ਸਾਰੇ ਤਰ੍ਹਾਂ ਦੀ ਡੋਰ ਪਈ ਹੈ, ਜਿਹੜੀ ਵੀ ਤੁਸੀਂ ਲੈਣਾ ਚਾਹੁੰਦੇ ਹੋ ਨਾ ਜੀ ਉਹ ਲੈ ਕੇ ਜਾ ਸਕਦੇ ਹੋ। ਆਹ ਖੁੱਲਾ ਪਿਆ ਨਾ ਜੀ ਜਰਖੜਾ ਜੀ? ਹਾਂ ਹਾਂ ਖੁੱਲਾ। ਆਹ ਦੇਖੋ ਜੀ ਡੋਰ, ਦੇਖੋ ਜੀ ਕਿੰਨਾ ਫਰੈਸ਼ ਮਾਲ ਆ ਜੀ, ਰੰਗ ਰੁੰਗ ਪੂਰੇ ਆਏ ਸੋਹਣੇ ਹੈਗੇ। ਇਹ ਕਿੰਨੇ ਜਰਖੜੇ? ਕਿੰਨੇ? 6000 ਆ, 6000 ਆ ਜੀ ਆਹ ਜਰਖੜੇ ਚ। ਤੇ ਆਪਣੇ ਕੋਲੇ ਸਟਾਰਟਿੰਗ ਕਿੰਨੇ ਪ੍ਰਾਈਜ਼ ਤੋਂ ਹੋ ਜਾਂਦੀ ਹੈ ਜੀ ਡੋਰ ਦਾ? ਪ੍ਰਾਈਸ ਤਾਂ 30 ਰੁਪਏ ਤੋਂ 40 ਰੁਪਏ ਤੋਂ, 50 ਰੁਪਏ ਤੋਂ ਸ਼ੁਰੂ ਹੋ ਜਾਂਦਾ, 40 ਰੁਪਏ ਦੀ ਸ਼ੁਰੂ ਹੋ ਜਾਂਦੀ ਚਰਖੜੀ ਮਤਲਬ। ਹਾਂ ਠੀਕ ਹੈ, 30 ਰੁਪਏ ਦੀ ਬੱਚਿਆਂ ਵਾਲੀ ਹੈ। ਹਾਂਜੀ, ਬੱਚੂ ਜਿਹਾ ਗੱਟੂ ਹੋ ਜਾਂਦਾ, ਹਾਂ ਛੋਟਾ ਜਿਹਾ ਸਸਤਾ ਜਿਹਾ, ਉਹ ਬੱਚੇ ਛੋਟੇ ਬੱਚਿਆਂ ਵਾਸਤੇ, 50 ਰੁਪਏ ਦੀ ਹੈ, 40 ਰੁਪਏ ਦੀ ਹੈ। ਤੇ ਮੈਕਸੀਮਮ ਕਿੰਨੇ ਤੱਕ ਹੈ ਜੀ ਆਪਣੇ ਕੋਲ? ਮੈਕਸੀਮਮ 1350 1400 ਰੁਪਏ ਦੀ, ਮੰਨ ਕੇ ਚਲੋ 1800 ਰੁਪਏ ਐਂਡ ਰੇਂਜ ਹੋ ਜਾਂਦੀ ਹੈ ਵਧੀਆ ਡੋਰ ਦੀ। ਤੇ 12000 ਹੈ? ਹਾਂ 12000, 6000 ਵਾਲਾ ਚਰਖੜਾ ਜੀ। ਤੇ ਜ਼ਰੂਰ ਵਿਜ਼ਿਟ ਕਰੋ ਜੀ ਪੱਕਾ ਟ੍ਰੇਡਰਸ, ਤੇ ਅੰਕਲ ਜੀ ਹੋਰਾਂ ਨਾਲ ਮਿਲੋ, ਤੇ ਵਧੀਆ ਵਧੀਆ ਪਤੰਗ ਪਏ ਆ, ਫਰੈਸ਼ ਮਾਲ ਪਿਆ ਸਾਰਾ, ਤੁਸੀਂ ਹੁਣ ਦੇਖ ਹੀ ਲਿਆ ਹੋਣਾ ਜਿਵੇਂ ਕਿ ਸਾਰਾ ਮਾਲ। ਤੇ ਅੱਜ ਇੱਧਰ ਚਰਖੜੇ ਵੀ ਲੱਗੇ ਪਏ ਆ, ਸਾਰੇ ਵਧੀਆ ਵਧੀਆ ਸੋਹਣੇ ਸੋਹਣੇ ਚਰਖੜੇ ਮਿਲ ਜਾਣਗੇ ਜਿਹੜੇ ਵੀ ਲੈਣੇ ਹੋਏ। ਤੇ ਆਪਣਾ ਐਡਰੈਸ ਬੋਲ ਦਿਓ ਜੀ। ਪੱਕਾ ਟ੍ਰੇਡਰ, ਨੀਅਰ ਕਿਲਾ ਰੋਡ, ਬਠਿੰਡਾ। ਮੋਬਾਈਲ ਨੰਬਰ ਹੈ 90416 37516।